ਦਾ ਆਪਦਾ ਕੰਮ ਹੈ ਉਹਨਾਂ ਨੇ ਵੋਟ ਪਾਰਟੀਆਂ ਵਾਂਗੂ ਜਿਵੇਂ ਆਉਂਦੀਆਂ ਹੁੰਦੀਆਂ ਨੇ ਪ੍ਰਚਾਰ ਲੈ ਕੇ ਉਹ ਪ੍ਰਚਾਰ ਦਾ ਰੂਪ ਲੈ ਕੇ ਬੜਾ ਕਰ ਰਹੇ ਆ ਪਿੰਡਾਂ 'ਚ ਵੀ ਕਰ ਰਹੇ ਇੱਥੇ ਵੀ ਆਉਂਦੇ ਆ ਪਰ ਸਾਨੂੰ ਇੱਕ ਗੱਲ ਦਾ ਪਤਾ ਹੈ ਕਿ ਨਾ ਤਾਂ ਉਹ ਸਾਡੀ ਸਟੇਜ ਤੇ ਆਉਣ ਨਾ ਅਸੀਂ ਉਹਨਾਂ ਨੂੰ ਬੋਲਣ ਦੇਈਏ ਕਿਉਂਕਿ ਸਾਨੂੰ ਪਤਾ ਹੈ ਵੀ ਉਹ ਜਿਹੜਾ ਰਾਜਨੀਤਿਕ ਬਾਗੂਆਂ ਦਾ ਇੱਥੇ ਆਉਣਾ ਹੈ ਉਹਨਾਂ ਦਾ ਮਕਸਦ ਤਾਂ ਇੱਕੋ ਹੀ ਹੁੰਦਾ ਹੈ ਕਿ ਵੋਟਾਂ ਕਿਵੇਂ ਬਟੋਰੀਆਂ ਜਾਣ ਵੋਟਾਂ ਕਿਵੇਂ ਮੁੱਛੀਆਂ ਜਾਣ ਸਾਨੂੰ ਇਹ ਪਤਾ ਹੈ ਵੀ ਜੇ ਉਹਨਾਂ ਦੀ ਸਰਕਾਰ ਕੇਂਦਰ 'ਚ ਹੁੰਦੀ ਤਾਂ ਉਹਨਾਂ ਨੇ ਵੀ ਇਹ ਕਾਨੂੰਨ ਨੇ ਜਿਹੜੇ ਇਹ ਲਾਗੂ ਕਰਨੇ ਸੀ ਕਿਉਂਕਿ ਇਹ ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਰਾਜ ਕਰਨ ਵਾਲੀਆਂ ਉਹ ਇੱਕੋ ਨੀਤੀ ਤੇ ਚੱਲਦੀਆਂ ਨੇ ਰਾਜ ਬਦਲਣ ਨਾਲ ਸਿਰਫ ਡਰਾਈਵਰ ਬਦਲਦਾ ਗੱਡੀ ਦਾ ਸੋ ਇਸ ਕਰਕੇ ਅਸੀਂ ਉਹਨਾਂ ਤੇ ਕੋਈ ਝਾਕ ਨਹੀਂ ਰੱਖਦੇ ਅਸੀਂ ਲੋਕਾਂ ਤੇ ਟੇਕ ਰੱਖ ਕੇ ਸੰਘਰਸ਼ ਕਰਦੇ ਹਾਂ ਲੋਕ ਸਾਡੇ ਨਾਲ ਨੇ ਤੇ ਆਉਂਦੇ ਦਿਨਾਂ ਦੇ ਅੰਦਰ ਅਸੀਂ ਘੋਲ ਨੂੰ ਜਿੱਤਾਂਗੇ ਸਾਨੂੰ ਲੋਕਾਂ ਦੇ ਉੱਤੇ ਮਾਣ ਹੈ।